ਹੁੰਦੇ ਆ ਪਰ ਪੰਜਾਬ ਦੇ ਵਿੱਚ ਵੀ ਹੋਣਾ ਜ਼ਰੂਰੀ ਹੈ ਇਸ ਵਾਰ ਫਿਰ ਪੈਣੀਆਂ ਸਾਰੀਆਂ ਜ਼ੋਰਦਾਰ ਮਾਰ ਦਿਓ ਜੀ ਕਈ ਫੈਸਟੀਵਲ ਦਾ ਉਦਘਾਟਨ ਜਿਹੜਾ ਹੋ ਚੁੱਕਿਆ ਛੱਤੀ ਆਪਣੇ ਸੀਨੀਅਰ ਵਰਗ ਦੇ ਵਿੱਚ ਛੱਤੀ ਜੂਨੀਅਰ ਵਰਗ ਦੇ ਵਿੱਚ ਬਹੱਤਰ ਕੁੱਲ ਕੰਪੀਟੀਟਰ ਆ ਜਿਹੜੇ ਪਤੰਗਬਾਜ਼ੀ ਦੇ ਵਿੱਚ ਪੁਆਇੰਟ ਜਿਹੜੇ ਦਿੱਤੇ ਜਾਣਗੇ ਜਿਹੜੇ ਸਕੂਲ ਬਹੱਤਰ ਜੂਨੀਅਰ ਬਹੱਤਰ ਸੀਨੀਅਰ ਸਟਿੱਕਰ ਜਿਹੜਾ ਲਾਂਚ ਕੀਤਾ ਜਾ ਰਿਹਾ ਚਾਈਨਾ ਟੂਰ ਤੇ ਪ੍ਰੇਰ ਕਰਨ ਦੇ ਲਈ ਇਹ ਪ੍ਰੇਰ ਕਰਨਾ ਵੀ ਚਾਹੀਦਾ ਬਹੁਤ ਮੌਤਾਂ ਜਿਹੜੀਆਂ ਹਰ ਸਾਲ ਚਾਈਨਾ ਟੂਰ ਦੇ ਨਾਲ ਹੁੰਦੀਆਂ ਉਹਦੇ ਤੋਂ ਪ੍ਰੇਰ ਦੇ ਲਈ ਜਿਹੜੀ ਇਹ ਪਤੰਗਬਾਜ਼ੀ ਕੰਪੀਟੀਸ਼ਨ ਕਰਾਇਆ ਜਾ ਰਿਹਾ ਸਮੁੱਚੀ ਬਠਿੰਡਾ ਪ੍ਰੇਰ ਦੇ ਉੱਦਮ ਦੇ ਨਾਲ ਆਈ ਪੀ ਐਸ ਮਾਨ ਜੋ ਹਰਮਨਵੀਰ ਸਿੰਘ ਦੀ ਗਿੱਲ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਠਿੰਡਾ ਦੇ ਵਿੱਚ ਇਹ ਪਹਿਲੀ ਵਾਰੀ ਫੈਸਟੀਵਲ ਹੋ ਰਿਹਾ ਅੱਜ 21 ਜਨਵਰੀ ਨੂੰ ਬਠਿੰਡਾ ਪੁਲਿਸ ਵੱਲੋਂ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਕਾਈਟ ਫਲਾਇੰਗ ਕੰਪੀਟੀਸ਼ਨ ਕਰਾਇਆ ਜਾ ਰਿਹਾ ਯੂਥ ਦਾ ਸੋ ਇਹ ਜਿਹੜਾ ਪਤੰਗਬਾਜ਼ੀ ਦਾ ਮੁਕਾਬਲਾ ਇਹ ਐਂਟੀ ਡਰੱਗਸ ਜਿਹੜੀ ਕੰਪੇਨ ਆ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਉਹਦੇ ਤਹਿਤ ਕਰਵਾਇਆ ਜਾ ਰਿਹਾ ਔਰ ਜਿੰਨੀਆਂ ਵੀ ਪਤੰਗਾਂ ਨੇ ਉਹਦੇ ਉੱਪਰ ਐਂਟੀ ਡਰੱਗਸ ਸਲੋਗਨਸ ਲਿਖੇ ਗਏ ਆ ਔਰ ਕਾਫੀ ਪਾਰਟੀਸਪੈਂਟਸ ਜਿਹੜੇ ਆ ਦੂਰ ਦੂਰ ਤੋਂ ਇੱਥੇ ਪਾਰਟੀਸਪੇਟ ਕਰਨ ਲਈ ਆਏ ਆ ਔਰ ਨਾਲ ਨਾਲ ਇਹਦੇ ਵਿੱਚ ਜਿਹੜਾ ਹੈਗਾ ਕਿ ਸੱਭਿਆਚਾਰ ਪ੍ਰੋਗਰਾਮ ਵੀ ਔਰਗਨਾਈਜ਼ ਕੀਤਾ ਜਾ ਰਿਹਾ ਵਰਲਡ ਫੇਮਸ ਸਿੰਗਰ ਲਖਵਿੰਦਰ ਵਡਾਲੀ ਜੀ ਜਿਹੜੇ ਆ ਉਹ ਇੱਥੇ ਪਰਫੋਰਮ ਕਰ ਰਹੇ ਆ ਇਹਦੇ ਨਾਲ ਨਾਲ ਅਸੀਂ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਨੋ ਯੂਜ਼ ਆਫ ਚਾਈਨਾ ਡੋਰ ਅਤੇ ਚਾਈਨਾ ਡੋਰ ਤੋਂ ਬਚਾ ਰੱਖਿਆ ਜਾਵੇ ਅੱਜ 21 ਜਨਵਰੀ ਨੂੰ ਬਠਿੰਡਾ ਪੁਲਿਸ ਵੱਲੋਂ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਕਾਈਟ ਫਲਾਇੰਗ ਕੰਪੀਟੀਸ਼ਨ ਕਰਾਇਆ ਜਾ ਰਿਹਾ ਯੂਥ ਦਾ ਸੋ ਇਹ ਜਿਹੜਾ ਪਤੰਗਬਾਜ਼ੀ ਦਾ ਮੁਕਾਬਲਾ ਇਹ ਐਂਟੀ ਡਰੱਗਸ ਜਿਹੜੀ ਕੰਪੇਨ ਆ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਉਹਦੇ ਤਹਿਤ ਕਰਵਾਇਆ ਜਾ ਰਿਹਾ ਔਰ ਜਿੰਨੀਆਂ ਵੀ ਪਤੰਗਾਂ ਨੇ ਉਹਦੇ ਉੱਪਰ ਐਂਟੀ ਡਰੱਗਸ ਸਲੋਗਨਸ ਲਿਖੇ ਗਏ ਆ ਔਰ ਕਾਫੀ ਪਾਰਟੀਸਪੈਂਟਸ ਜਿਹੜੇ ਆ ਦੂਰ ਦੂਰ ਤੋਂ ਇੱਥੇ ਪਾਰਟੀਸਪੇਟ ਕਰਨ ਲਈ ਆਏ ਆ ਔਰ ਨਾਲ ਨਾਲ ਇਹਦੇ ਵਿੱਚ ਜਿਹੜਾ ਹੈਗਾ ਕਿ ਸੱਭਿਆਚਾਰ ਪ੍ਰੋਗਰਾਮ ਵੀ ਔਰਗਨਾਈਜ਼ ਕੀਤਾ ਜਾ ਰਿਹਾ ਵਰਲਡ ਫੇਮਸ ਸਿੰਗਰ ਲਖਵਿੰਦਰ ਵਡਾਲੀ ਜੀ ਜਿਹੜੇ ਆ ਉਹ ਇੱਥੇ ਪਰਫੋਰਮ ਕਰ ਰਹੇ ਆ ਇਹਦੇ ਨਾਲ ਨਾਲ ਅਸੀਂ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਨੋ ਯੂਜ਼ ਆਫ ਚਾਈਨਾ ਡੋਰ ਅਤੇ ਚਾਈਨਾ ਡੋਰ ਤੋਂ ਬਚਾ ਰੱਖਿਆ ਜਾਵੇ ਪਤੰਗਬਾਜ਼ੀ ਜਿਹੜੀ ਆ ਸਾਡੀਆਂ ਹੋਮਮੇਡਸ ਜਿਹੜੀਆਂ ਡੋਰ ਨੇ ਜਿਹੜੀਆਂ ਸਾਡੇ ਭਾਰਤ ਦੇ ਵਿੱਚ ਹੀ ਬਣਦੀਆਂ ਨੇ ਉਹ ਬਹੁਤ ਸੇਫ ਅਤੇ ਬਹੁਤ ਚੰਗੀਆਂ ਨੇ ਔਰ ਜਿਹੜਾ ਪਤੰਗਬਾਜ਼ੀ ਦਾ ਹੁਨਰ ਆ ਉਹ ਜਿਹੜੀ ਆ ਸਾਡੇ ਹੋਮਮੇਡ ਡੋਰਸ ਦੇ ਨਾਲ ਹੀ ਜਿਹੜਾ ਉਹ ਵਧੀਆ ਕੀਤਾ ਜਾ ਸਕਦਾ ਔਰ ਇਹਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਜਾਂ ਹੋਰ ਵੀ ਕਿਸੇ ਢੰਗ ਦਾ ਕੋਈ ਐਕਸੀਡੈਂਟ ਨਾ ਹੋਏ ਉਹ ਤੋਂ ਬਚਿਆ ਜਾ ਸਕਦਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਕੈਰੀਅਰ ਹੈਗਾ ਉਹਦੇ ਵਿੱਚ ਸਪੋਰਟਸ ਜਿਹੜੀ ਆ ਉਹ ਬਹੁਤ ਇੱਕ ਅਹਿਮ ਰੋਲ ਅਦਾ ਕਰਦੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਨਸ਼ਾ ਲਾ ਕੇ ਜਾਂ ਚਿੱਟਾ ਜਾਂ ਸ਼ਰਾਬ ਕਿਸੇ ਚੀਜ਼ ਦੇ ਨਾਲ ਵੀ ਕਿੱਕ ਮਿਲਦੀ ਆ ਤਾਂ ਜਿਹੜੀ ਸਪੋਰਟਸ ਆ ਉਹਦੇ ਨਾਲ ਵੀ ਜਿਹੜਾ ਵੀ ਤੁਸੀਂ ਸਪੋਰਟਸ ਕਰਦੇ ਹੋ ਜਿਹੜੀ ਵੀ ਤੁਸੀਂ ਗੇਮ ਕਰਦੇ ਹੋ ਉਹਦੇ 'ਚ ਜਦੋਂ ਤੁਸੀਂ ਐਫੀਸ਼ੈਂਟਲੀ ਪਰਫੋਰਮ ਕਰਦੇ ਹੋ ਉਹਦੀ ਜਿਹੜੀ ਕਿੱਕ ਆ ਉਹਦਾ ਜਿਹੜਾ ਨਸ਼ਾ ਉਹ ਆਹ ਜਿਹੜੇ ਗੰਦ ਮੰਦ ਨਸ਼ੇ ਆ ਇਹਨਾਂ ਨਾਲੋਂ ਕਿਤੇ ਵਧੀਆ ਸੋ ਸਾਨੂੰ ਸਪੋਰਟਸ ਵਾਲੇ ਪਾਸੇ ਯੂਥ ਨੂੰ ਚੱਲਣਾ ਚਾਹੀਦਾ ਸਪੋਰਟਸ ਦਾ ਨਸ਼ਾ ਕਰਨਾ ਚਾਹੀਦਾ ਨਾ ਕਿ ਆਹ ਜਿਹੜੀਆਂ ਗੰਦੀਆਂ ਲਾਹਨਤਾਂ ਨੇ ਨਸ਼ੇ ਦੀਆਂ ਚਿੱਟੇ ਦੀਆਂ ਦੂਸਰੀਆਂ ਤੀਸਰੀਆਂ ਇਹਨਾਂ ਤੋਂ ਬਚਣਾ ਚਾਹੀਦਾ